ਆਪਣੇ ਅਗਲੇ ਕਾਲ ਨਾਲ ਜਾਂਦੇ ਹਾਂ ਤੇ ਦੇਖਦੇ ਕੌਣ ਹੈ ਲਾਈਨ ਤੇ। ਹੈਲੋ 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 ਜੀ ਹੈਲੋ ਸਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਤੁਹਾਡੀ ਸਿਹਤ ਠੀਕ ਹੈ? ਬਿਲਕੁਲ ਠੀਕ ਹੈ ਜੀ, ਤੁਸੀਂ ਆਪਣੀ ਦੱਸੋ। ਹਾਂਜੀ ਸਰ ਠੀਕ ਹੈ। ਸਰ ਮੈਂ ਤੁਹਾਨੂੰ ਇੱਕ ਕੁਐਸਚਨ ਕਰਨਾ ਸੀ। ਪੁੱਛੋ ਜੀ। ਸਰ ਮੈਂ ਇੱਥੇ ਪਹਿਲਾਂ ਜਿੱਦਾਂ ਪਿਛਲੇ ਸਾਲ ਆਈ ਸੀ, ਮੈਂ ਯੂਨੀ ਵਿੱਚ ਐਡਮਿਸ਼ਨ ਲਈ ਸੀ। ਠੀਕ ਹੈ ਜੀ। ਸਰ ਕਿਸੇ ਗੱਲ ਕਰਕੇ ਮੈਂ ਜਿੱਦਾਂ ਆਪਣੀ ਫੀਸ ਨਹੀਂ ਦਿੱਤੀ ਤੇ ਮੈਂ ਹਨਾ ਕਾਲਜ ਜੁਆਇਨ ਕਰ ਲਿਆ। ਠੀਕ ਹੈ ਜੀ। ਤੇ ਸਰ ਉਹਨੇ ਮੇਰਾ ਰਿਫਿਊਜ਼ ਕਰ ਦਿੱਤਾ। ਅੱਛਾ, ਹਾਂਜੀ। ਸਰ ਉਸ ਤੋਂ ਬਾਅਦ ਜਿੱਦਾਂ ਹੁਣ ਉਹਨੇ ਮੈਨੂੰ ਰਿਫਿਊਜ਼ਲ ਲੈਟਰ ਜੇ ਮੈਨੂੰ ਮਿਲੀ ਨਹੀਂ। ਅੱਛਾ ਜੀ। ਤੇ ਸਰ ਮੈਂ ਇੱਥੇ ਵਿਆਹ ਕਰਾਉਣਾ ਚਾਹੁੰਦੀ, ਮੈਂ ਕਰਵਾ ਸਕਦੀ ਹਾਂ? ਹਾਂਜੀ, ਵਿਆਹ ਤਾਂ ਹੋ ਜਾਏਗਾ ਜੀ। ਹਾਂਜੀ, ਤੇ ਸਰ ਜਿੱਦਾਂ ਮੇਰੇ ਕੋਲ ਵੀਜ਼ਾ ਹੈਗਾ ਹਲੇ ਖਤਮ ਹੋ ਗਿਆ। ਸਰ ਮੇਰਾ ਵੀਜ਼ਾ ਹੁਣ ਜਿੱਦਾਂ ਖਤਮ ਹੋ ਗਿਆ। ਵਿਆਹ ਹੋ ਜਾਏਗਾ ਜੀ, ਪਰ ਵੀਜ਼ਾ ਲੈਣ ਲਈ ਤੁਹਾਨੂੰ ਵਾਪਸ ਜਾਣਾ ਪੈਣਾ। ਹਾਂਜੀ ਸਰ ਠੀਕ ਹੈ। ਤਾਂ ਫਿਰ ਵਿਆਹ ਤਾਂ ਹੋ ਸਕਦਾ ਇੱਥੇ। ਹਾਂਜੀ। ਪਾਸਪੋਰਟ ਹੈਗਾ ਤੁਹਾਡੇ ਕੋਲ ਆਪਣਾ? ਹਾਂਜੀ, ਮੇਰੇ ਕੋਲ ਪਾਸਪੋਰਟ ਹੈ। ਫਿਰ ਠੀਕ ਹੈ ਜੀ, ਫਿਰ ਵਿਆਹ ਹੋ ਜਾਏਗਾ ਇੱਥੇ। ਹਾਂਜੀ, ਵਿਆਹ ਹੋ ਜਾਏਗਾ। ਪਰ ਮੁੰਡਾ ਪੱਕਾ ਇੱਥੇ ਜੀ? ਹਾਂਜੀ ਸਰ, ਮੁੰਡਾ ਪੱਕਾ ਇੱਥੇ। ਠੀਕ ਹੈ ਜੀ, ਕੰਮ ਕਰਦਾ ਜੀ? ਹਾਂਜੀ ਸਰ ਕਰਦਾ। ਵੀਜ਼ਾ ਖਤਮ ਹੋਏ ਨੂੰ ਕਿੰਨਾ ਚਿਰ ਹੋਇਆ ਜੀ? ਸਰ ਜਿੱਦਾਂ ਮੇਰਾ ਵੀਜ਼ਾ ਅਗਸਤ ਵਿੱਚ ਫਿਨਿਸ਼ ਹੋਇਆ ਸੀ। ਰਾਈਟ। ਤੇ ਉਸ ਤੋਂ ਬਾਅਦ ਮੈਂ ਅਪੀਲ ਮੈਂ ਕਰ ਦਿੱਤਾ ਸੀਗਾ ਜਿੱਦਾਂ ਨਾ ਕਾਲਜ ਲਈ। ਹਾਂ। ਤੇ ਉਹਨੇ ਮੈਨੂੰ ਅਪੀਲ ਲੈ ਕੇ, ਮੈਂ ਅਪੀਲ ਵੀ ਕੀਤੀ। ਰਾਈਟ। ਤੇ ਦੈਨ ਨੇ ਮੈਨੂੰ ਰਿਫਿਊਜ਼ ਕਰਤਾ, ਕਹਿੰਦੇ ਦੁਬਾਰਾ ਅਪਲਾਈ ਕਰਿਓ। ਬਿਲਕੁਲ। ਇੱਕ ਦੋ ਰਿਫਿਊਜ਼ ਹੋਇਆ ਜੀ? ਸਰ ਮੇਰਾ ਇਹ ਰਿਫਿਊਜ਼ ਹੋਇਆ ਸੀ ਨਵੰਬਰ ਵਿੱਚ। ਰਾਈਟ, ਠੀਕ ਹੈ। ਫਿਰ ਤੁਸੀਂ ਜਲਦੀ ਜਲਦੀ ਫਿਰ ਵਿਆਹ ਰੱਖ ਲਓ ਮੇਰੇ ਖਿਆਲ ਨਾਲ। ਹਾਂਜੀ ਸਰ ਠੀਕ ਹੈ। ਹਾਂ, ਵਿਆਹ ਇੱਥੇ ਹੋ ਜਾਏਗਾ, ਵੀਜ਼ਾ ਲੈਣ ਲਈ ਵਾਪਸ ਜਾਣਾ ਪੈਣਾ। ਜਿੰਨੀ ਛੇਤੀ ਤੋਂ ਛੇਤੀ ਹੈਗੇ ਵਾਪਸ ਜਾਓ, ਤਾਂ ਫਿਰ ਹੋਪਫੁਲੀ ਤੁਸੀਂ 3 ਮਹੀਨਿਆਂ ਦੇ ਵਿੱਚ ਆ ਜਾਓਗੇ। ਜਦ ਤੱਕ ਤੁਸੀਂ ਉਹ ਚਿੱਠੀ ਨਹੀਂ ਮਿਲਦੀ ਨਾ ਤੁਹਾਨੂੰ, ਜਦ ਤੱਕ ਤੁਸੀਂ ਓਵਰਸਟੇ ਨਹੀਂ ਹੁੰਦੇ। ਉਹ ਚਿੱਠੀ ਤੋਂ ਬਾਅਦ ਵੀ ਤੁਹਾਨੂੰ 28 ਦਿਨ ਮਿਲਦੇ ਆ ਮੁਲਕ ਛੱਡਣ ਨੂੰ। ਹਾਂਜੀ ਹਾਂਜੀ, ਥੈਂਕ ਯੂ ਸਰ। ਵਿਆਹ ਰੱਖੋ, ਵਿਆਹ ਰੱਖੋ, ਰਜਿਸਟਰੀ ਆਫਿਸ ਜਾ ਕੇ ਵਿਆਹ ਦੀ ਡੇਟ ਲੈ ਕੇ ਵਿਆਹ ਕਰੋ ਜੀ। ਹਾਂਜੀ, ਥੈਂਕ ਯੂ ਸਰ। ਓਕੇ, ਥੈਂਕ ਯੂ ਵੈਰੀ ਮੱਚ। ਥੈਂਕ ਯੂ ਤੁਹਾਡਾ ਜੀ, ਥੈਂਕ ਯੂ। ਤੇ ਹੋਪਫੁਲੀ ਲੋਹੜੀ ਤੋਂ ਪਹਿਲਾਂ ਤੁਸੀਂ ਵਿਆਹ ਵਿਆਹ ਕਰੋ, ਨਾਲ ਲੋਹੜੀ ਮਨਾਇਓ ਸਾਰੇ ਵਿੱਚ। ਸਾਰਿਆਂ ਦਾ ਫਾਇਦਾ ਹੋ ਜਾਊਗਾ ਸਰ, ਨਾਲੇ ਕ੍ਰਿਸਮਸ, ਨਿਊ ਈਅਰ, ਲੋਹੜੀ। ਬਾ ਓਵਰ ਸਟੇ ਕੀ ਗਿਣਿਆ ਜਾਂਦਾ? ਦੇਖੋ, ਓਵਰ ਸਟੇ ਗਿਣਿਆ ਜਾਂਦਾ ਜਦੋਂ ਤੁਹਾਡਾ ਵੀਜ਼ਾ ਖਤਮ ਹੋ ਜਾਂਦਾ ਅਤੇ ਤੁਹਾਡੀ ਲੀਵ ਖਤਮ ਹੋ ਜਾਂਦੀ ਆ, ਅਨਲੈਸ ਤੁਹਾਡਾ ਕੋਈ ਐਪਲੀਕੇਸ਼ਨ ਪਈ ਆ ਤੁਹਾਡੀ ਲੀਵ ਖਤਮ ਹੋਣ ਤੋਂ ਪਹਿਲਾਂ। ਜੇ ਤੁਸੀਂ ਐਪਲੀਕੇਸ਼ਨ ਪਾਈ ਆ ਤੁਹਾਡੀ ਲੀਵ ਖਤਮ ਹੋਣ ਤੋਂ ਪਹਿਲਾਂ, ਫਿਰ ਤੁਸੀਂ ਓਵਰ ਸਟੇ ਨਹੀਂ ਹੁੰਦੇ, ਜਦ ਤੱਕ ਤੁਹਾਨੂੰ ਕੋਈ ਫੈਸਲਾ ਨਹੀਂ ਆਉਂਦਾ ਉਹਦੇ 'ਤੇ। ਜੇ ਤੁਹਾਨੂੰ ਫੈਸਲਾ ਵੀ ਆ ਜਾਂਦਾ ਤਾਂ ਤੁਸੀਂ ਗਾਹਾਂ ਅਪੀਲ ਲਾ ਦਿੰਦੇ ਆ, ਜਦ ਤੱਕ ਉਹ ਅਪੀਲ ਦਾ ਫੈਸਲਾ ਨਹੀਂ ਹੁੰਦਾ ਤਾਂ ਉਹਦੇ ਵਿੱਚ ਤੁਹਾਨੂੰ ਯੂ ਨੋਟ ਕੈਨ ਰਿਸ ਓਵਰ ਸਟੇ। ਈਵਨ ਜਿਹੜੇ ਸਟੂਡੈਂਟਸ ਆਏ ਹੋ ਆ, ਜੇ ਉਹ ਅਪੀਲ ਤੋਂ ਬਾਅਦ ਵੀ ਤੁਸੀਂ 28 ਦਿਨ ਤੱਕ ਇੱਥੇ ਰਹਿ ਸਕਦੇ ਆ, ਯੂ ਕੈਨ ਨੋਟ ਓਵਰ, ਇਟ ਡਜ਼ਨਟ ਕਾਊਂਟ ਐਜ਼ ਐਨ ਓਵਰ ਸਟੇ। ਕੋਈ ਐਂਟਰੀ ਬੈਨ ਵਗੈਰਾ, ਰੀ ਐਂਟਰੀ ਦੀ ਕੋਈ ਇੱਦਾਂ ਨਹੀਂ ਲੱਗਦੀ ਉਹਦੇ ਵਿੱਚ। ਸੋ 28 ਦਿਨ ਤੱਕ ਜੇ ਤੁਸੀਂ ਰਹਿੰਦੇ ਆ, ਦੈਟਸ ਅ ਵੈਰੀ ਟੈਕਨੀਕਲ ਪੁਆਇੰਟ, ਯੂ ਡੋਨਟ ਗੈਟ ਅ ਬੈਨ ਨੈਕਸਟ ਟਾਈਮ ਵੈਨ ਯੂ ਕਮ ਅਰਾਊਂਡ। ਸੋ ਜਿਹਨਾਂ ਨੇ, ਮੈਂ ਤਾਂ ਇਹਨਾਂ ਨੂੰ ਇਹੀ ਕਹਿੰਦਾ, ਦੇਖੋ ਜੀ, ਜਿਹੜੇ ਸਟੂਡੈਂਟ ਸੋਚ ਰਹੇ ਨਾ ਕਿ ਅਸੀਂ ਵਿਆਹ ਕਰੀਏ ਜਾਂ ਨਹੀਂ ਕਰੀਏ, ਤਾਂ ਜਿਹਨਾਂ ਦਾ ਹੁੰਦਾ ਤੁਸੀਂ ਕਰੇ ਹੀ ਲਓ, ਤੁਹਾਡੇ ਸਾਰਿਆਂ ਲਈ ਬੈਟਰ ਆ। ਜੇ ਤੁਸੀਂ ਸਟੂਡੈਂਟ ਵੀਜ਼ਾ ਤੁਹਾਡੇ ਕੋਲ ਵੈਲਿਡ ਹੈਗਾ, ਤੁਸੀਂ ਵਿਆਹ ਕਰਦੇ ਆ, ਤਾਂ ਤੁਹਾਡਾ ਵੀਜ਼ਾ ਇੱਥੋਂ ਹੀ ਲੱਗ ਜਾਂਦਾ, ਤੁਹਾਨੂੰ ਗਾਹਾਂ ਇੰਡੀਆ ਜਾਣ ਦੀ ਜ਼ਰੂਰਤ ਹੈ ਨਹੀਂ। ਸੋ ਉਹਦੇ ਵਿੱਚ ਇਹ ਬਹੁਤ ਵੱਡੀ ਗੱਲ ਆ ਜੀ, ਇਹਦੇ ਵਿੱਚ ਜੇ ਤੁਹਾਡਾ ਵਿਆਹ ਹੁੰਦਾ, ਜਿਹਨਾਂ ਦੇ ਹੁੰਦੇ ਜੀ ਕਰੋ, ਅਤੇ ਜਿਹਨਾਂ ਦੇ ਨਹੀਂ ਹੁੰਦੇ ਲੱਭੋ। ਸੋ ਉਹਦੇ ਵਿੱਚ ਤੁਸੀਂ ਵਿਆਹ ਕਰੋ ਜੀ, ਆਪਣਾ ਆਪਣਾ ਸਾਥੀ ਲੱਭ ਕੇ ਆਪਣੇ ਘਰ ਵਸਾਓ, ਤਾਂ ਬੜੀ ਅੱਛੀ ਸਟਾਈਲ ਨਾਲ ਆਪਣੀ ਜ਼ਿੰਦਗੀ ਜੀਓ। ਅਤੇ ਮੇਰੇ ਵਾਂਗ ਲੇਟ ਨਾ ਰਹਿਣ ਦਿਓ, ਕਿਉਂਕਿ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਲਿਮਿਟਿਡ, ਅਤੇ ਸਾਡੇ ਕੋਲ ਤਾਂ ਅਨਲਿਮਿਟਿਡ ਹੀ ਹੈ ਹੀ ਸੀਗਾ। ਇਹਦੇ ਵਿੱਚ ਤੁਸੀਂ ਆਪਣਾ ਘਰ ਵਸਾਓ, ਜਿਹਨਾਂ ਦੇ ਹੁੰਦੇ। ਕਈਆਂ ਦੇ ਮੈਂ ਬੜੇ ਹੈਰਾਨ ਆ ਕਿ ਬੋਏਫ੍ਰੈਂਡ ਗਰਲਫ੍ਰੈਂਡ ਬਿੰਗ ਗਾਵਿੰਗ ਵੀ ਛਵਾ ਫੋਰ ਕਪਲੀ ਜ਼ਿਕਰ ਗੈਟ ਮੈਰਿਡ ਐਨੀ ਵਾਈ, ਅਤੇ ਉਹ ਸਾਫ ਦੱਸਦੇ ਪਰ ਨਾ ਵੀ ਜਸ ਹੈਵਨ ਫੂਟ ਅਬਾਊਟ ਇਟ, ਕੋਈ ਗੱਲ ਹੀ ਨਹੀਂ ਆਈ। ਐਂਡ ਯੂ ਨੋ, ਇਫ ਯੋਰ ਮੈਰਿਜ ਇਜ਼ ਐਨ ਆਪਸ਼ਨ, ਤਾਂ ਇਟਸ ਡੈਫੀਨਟਲੀ ਵਾਂਟ ਟੂ ਕੰਸਿਡਰ। ਮੈਂ ਨਹੀਂ ਸਾਰਿਆਂ ਨੂੰ ਕਹਿੰਦਾ ਹੁਣ ਜਾ ਕੇ ਤੁਸੀਂ ਬਰੋਡਵੇ 'ਤੇ ਜਾ ਕੇ, ਜਾਂ ਤੁਸੀਂ ਸੋਹ ਰੋਡ 'ਤੇ ਜਾ ਕੇ ਜੀ, ਜਾਂ ਕੋਈ ਇੱਦਾਂ ਕਰਕੇ ਤੁਸੀਂ ਮੁੰਡੇ ਲੱਭੋ, ਕੁੜੀਆਂ ਲੱਭੋ, ਮੈਂ ਇੱਦਾਂ ਦਾ ਬਿਲਕੁਲ ਨਿਖਲ ਨਹੀਂ ਕਰ ਰਿਹਾ। ਪਰ ਜਿਹਨਾਂ ਕੋਲ ਆਪਣਾ ਸਾਥੀ ਹੈਗਾ ਆ, ਤਾਂ ਉਹਨਾਂ ਦੀ ਟੈਨਸ਼ਨ ਆ ਕਿ ਜੀ ਮੈਂ ਨਾ ਵਿਆਹ ਕਰਨਾ, ਘਰ ਵਸਾਉਣਾ, ਦੈਨ ਡੈਫੀਨੇਟਲੀ ਤੁਸੀਂ ਕਰੋ ਜ਼ਰੂਰ। ਸੋ ਇਹਦੇ ਵਿੱਚ ਦਿਸ ਆਪਸ਼ਨ। ਚਲੋ ਮੈਂ ਜਾਂਦਾ ਹੁਣ ਅਗਲੇ ਕਾਲਰ ਵੱਲ, ਤਾਂ ਦੇਖ